वाहिगुरु जी का खालसा, वाहिगुरु जी की फतेह। जी दो लफ्ज आउंदे ने पाप ते अपराध, इन्हां दे बारे कुछ विचारां तुहाडे नाल शेयर करनियां चाहुंदा। पाप अंदर हुंदा है ते अपराध बाहर हुंदा है। जिहड़ियां तुहाडे अंदर लगातार माला बन के बुरियां विचारां चलदियां ने, खोटियां विचारां चलदियां ने, माड़ी सोच चलदी है, उहदा नाम पाप है। जो तुसी उस सोच नू माड़े कर्म दे रूप दे अंदर कर लेंदे हो, उस माड़े कर्म दा नाम, बुरे कर्म दा नाम अपराध है। इस तरह कह लो भी जो तुहाडे अंदर बुरी सोच है वह एक बीज है, और जदों तुसी बुरा कर्म कर लेंदे हो उस बीज तो पैदा हुए एक बूटे का फैलाव है। पाप बीज है और जिहड़ा फैलाव है उस बूटे का, उस सोच तो पैदा होया बुरा कर्म है, उहदा नाम अपराध है। इहनूं गल नूं छोटी कर लो भी पाप अंदर दा नाम है ते अपराध बाहर दा नाम है। खैर, पाप तुसी किते भी बह के कर सकदे हो, पापी बंदा किधरे भी हो सकदा है। जे मैं लफ्ज़ां नूं थोड़ा नंगी भाषा विच कह दियां ते किधरे सुनने वाले मेरे सज्जन वीर माइंड ना कर जाण, पाप ताबिया ते बह के भी हो सकता है, पाप पाठ करद्या भी हो सकता है, पाप कथा कीर्तन करते वक्त ते सुनते वक्त भी हो सकता है, गुरुद्वारे दे अंदर, मंदिर मस्जिद दे अंदर बह के भी हो सकता है, पर अपराध उत्थे नहीं हुंदा। अपराध उदों ही हुंदा है जदों तुसी पर्दे विच हुंदे आ या बहुतियां लोकां दे सामने नहीं हुंदे। ते पाप अंदर दी गल है, अंदर तक किसे दा ध्यान जांदा नहीं। तुसी गुरुद्वारे विच भी बैठे हो, तुहाडे अंदर किहड़ियां सोचां चलदियां किसे नूं की पता। तुसी ताबिया भी बैठे हो, चोर भी कर रहे हो, तुहाडे अंदर कैसियां विचारां चल रहियां ने किसे नूं की पता। तुसी कथा कीर्तन सुन भी रहे हो, कर भी रहे हो, तुहाडे अंदर कोई माड़ा ख्याल माड़ी विचार आ गई किसे नूं की पता है, क्योंकि पाप तक किसे दी सुरत जांदी नहीं। बंदे दा ध्यान, बंदे दी अख केवल साडे बाहर तक हुंदी, ते बाहर जिहड़ा हुंदा है ना वह अपराध हुंदा है, पाप नहीं हुंदा। ਇਹ ਕਾਰਨ ਹੈ ਕਿ ਜੋ ਬੰਦਾ ਅੰਦਰੋਂ ਵੇ ਉਹ ਬਾਹਰ ਪ੍ਰਗਟ ਨਹੀਂ ਕਰਦਾ, ਅਤੇ ਜੋ ਬਾਹਰ ਪ੍ਰਗਟ ਕਰਦਾ ਹੈ ਉਹ ਦਰਅਸਲ ਅੰਦਰੋਂ ਹੁੰਦਾ ਨਹੀਂ। ਇਹ ਪਾਪ ਜਦੋਂ ਕਰਦਾ ਹੈ ਨਾ, ਉਹ ਤਾਂ ਹੋਰ ਗੱਲ ਹੈ ਜਿਹੜੀ ਮੈਂ ਕਰ ਰਿਹਾ ਸਾਂ। ਇਹ ਜਦੋਂ ਪਾਪ ਕਰਦਾ ਹੈ, ਇਹਦੀ ਪਤਨੀ ਨੂੰ ਨਹੀਂ ਪਤਾ, ਧੀ ਨੂੰ ਨਹੀਂ ਪਤਾ, ਪੁੱਤ ਨੂੰ ਨਹੀਂ ਪਤਾ, ਭੈਣ ਭਾਈ ਨੂੰ ਨਹੀਂ ਪਤਾ, ਮਾਂ ਬਾਪ ਨੂੰ ਵੀ ਨਹੀਂ ਪਤਾ, ਪਰ ਜਦੋਂ ਅਪਰਾਧ ਕਰਦਾ ਉਦੋਂ ਇਹਨਾਂ ਸਾਰਿਆਂ ਨੂੰ ਪਤਾ ਹੁੰਦਾ। ਪਾਪ ਨਾ ਸਮਾਜ ਦੀ ਪਕੜ ਵਿੱਚ ਆਉਂਦਾ ਹੈ, ਪਾਪ ਨਾ ਕਾਨੂੰਨ ਦੀ ਹੱਥਕੜੀ ਵਿੱਚ ਆਉਂਦਾ ਹੈ, ਪਾਪ ਨਾ ਸਮਾਜ ਦੀ ਪਕੜ ਵਿੱਚ ਆਉਂਦਾ ਹੈ, ਅਤੇ ਨਾ ਹੋਰ ਕਿਸੇ ਦੀ ਪਕੜ ਵਿੱਚ ਆਉਂਦਾ। ਹਾਂ, ਅਪਰਾਧ ਸਮਾਜ ਨੂੰ ਵੀ ਪਤਾ ਲੱਗਦਾ ਹੈ, ਪਰਿਵਾਰ ਨੂੰ ਵੀ ਪਤਾ ਲੱਗਦਾ ਹੈ, ਰਾਜਨੀਤੀ ਨੂੰ, ਕਾਨੂੰਨ ਨੂੰ ਵੀ ਪਤਾ ਲੱਗਦਾ ਹੈ। ਮੈਂ ਦੋ ਚਾਰ ਉਦਾਹਰਣਾਂ ਦੇ ਕੇ ਤੁਹਾਡੇ ਸਾਹਮਣੇ ਹੋਰ ਗੱਲਾਂ ਕਰਦਿਆਂ ਚਾਰ ਕੁ। ਤੁਸੀਂ ਕਿਸੇ ਘਰ ਦੇ ਅੰਦਰੋਂ, ਮੈਂ ਉਦਾਹਰਣ ਇੱਕ ਪੇਸ਼ ਕਰਨ ਲੱਗਾ, ਇੱਕ ਉਦਾਹਰਣ ਸੈੱਟ ਕਰਨ ਲੱਗਾ। ਤੁਸੀਂ ਕਿਧਰੇ ਮਹਿਮਾਨ ਬਣ ਕੇ ਕਿਸੇ ਦੇ ਘਰ ਦੇ ਅੰਦਰ ਗਏ, ਤੁਸੀਂ ਵੇਖਿਆ ਵੀ ਉਹਦੇ ਹੱਥ ਦਾ ਸੋਨੇ ਦਾ ਕੜਾ ਕਿਧਰੇ ਸ਼ਰੇਆਮ ਪਿਆ, ਟੇਬਲ 'ਤੇ ਪਿਆ, ਸੱਜੇ ਖੱਬੇ ਪਿਆ, ਜਾਂ ਘਰ ਦੀ ਕਿਸੇ ਸਵਾਨੀ ਦਾ ਕੋਈ ਹਾਰ, ਕੋਈ ਚੈਨ, ਕੋਈ ਗਜਰਾ ਤੁਹਾਨੂੰ ਦਿਸ ਪਿਆ। ਹੁਣ ਤੁਹਾਡੇ ਮਨ ਦੇ ਅੰਦਰ ਆਇਆ ਵੀ ਜੇ ਮੈਂ ਚੁੱਕ ਲਵਾਂ, ਇਹ 2-3 ਤੋਲੇ ਦਾ ਲੱਗਦਾ, ਮੈਂ ਚੁੱਕ ਲਵਾਂ, ਇਸ ਤਰ੍ਹਾਂ ਲੱਗਦਾ। ਹੁਣ ਉਹਦਾ ਨਾਂ ਹੈ ਪਾਪ, ਪਰ ਜਦੋਂ ਤੁਸੀਂ ਚੁੱਕਦੇ ਹੋ ਅਤੇ ਚੁੱਕਦੇ ਚੁੱਕਦੇ ਫੜੇ ਜਾਂਦੇ ਹੋ, ਉਹਦਾ ਨਾਂ ਹੈ ਅਪਰਾਧ। ਚੋਰੀ ਕਰਨ ਦਾ ਵਿਚਾਰ ਬਣਨਾ ਪਾਪ ਹੈ, ਚੋਰੀ ਕਰ ਲੈਣੀ ਅਪਰਾਧ ਹੈ। ਵਿਭਚਾਰੀ ਕਰਨ ਦਾ ਵਿਚਾਰ ਬਣਨਾ, ਇਹਦਾ ਨਾਂ ਪਾਪ ਹੈ, ਅਤੇ ਵਿਭਚਾਰੀ ਬਣ ਜਾਣਾ, ਇਹਦਾ ਨਾਂ ਅਪਰਾਧ ਹੈ। ਤੁਸੀਂ ਗੁੰਡਾਗਰਦੀ ਕਰਦੇ ਹੋ, ਚੋਰੀ ਕਰਦੇ ਹੋ, ਕੁਛ ਕਰਦੇ ਹੋ, ਸੋਚਦੇ ਹੋ, ਪਾਪ ਹੈ, ਕਰ ਲੈਂਦੇ ਹੋ, ਅਪਰਾਧ ਹੈ। ਅੱਛਾ, ਕਿਸੇ ਦਾ ਬੁਰਾ 3 ਤਰੀਕਿਆਂ ਦੇ ਨਾਲ ਸੋਚਿਆ ਜਾ ਸਕਦਾ ਹੈ। ਕਿਸੇ ਦੀ ਇੱਜ਼ਤ ਦੇ ਬਾਰੇ ਬੁਰਾ ਸੋਚਣਾ, ਕਿਸੇ ਦੀ ਧਨ ਦੌਲਤ ਦੇ ਬਾਰੇ ਬੁਰਾ ਸੋਚਣਾ, ਅਤੇ ਕਿਸੇ ਦੀ ਜਾਨ ਦੇ ਬਾਰੇ ਬੁਰਾ ਸੋਚਣਾ। ਕਿਸੇ ਦੀ ਇੱਜ਼ਤ ਦੇ ਬਾਰੇ ਬੁਰਾ ਸੋਚਣਾ, ਵੀ ਇਹਦੀ ਇੱਜ਼ਤ ਮੇਰੇ ਨਾਲੋਂ ਵੱਧ ਕਿਉਂ ਹੈ, ਮੈਂ ਇਹਦੀ ਇੱਜ਼ਤ ਨੂੰ ਢਾ ਲਾ ਦੇਵਾਂ, ਇਹਦੀ ਇੱਜ਼ਤ ਨੂੰ ਦਾਗ ਲਾ ਦੇਵਾਂ, ਇਹਦਾ ਨਾਂ ਪਾਪ ਹੈ। ਜਦੋਂ ਤੁਸੀਂ ਉਹਦੀ ਇੱਜ਼ਤ ਨੂੰ ਦਾਗ ਲਾਉਣ ਦਾ ਯਤਨ ਕਰਦੇ ਹੋ, ਕਰਮ ਕਰਦੇ ਹੋ, ਉਹਦਾ ਨਾਂ ਅਪਰਾਧ ਹੈ। ਜਦੋਂ ਤੁਸੀਂ ਉਹਨੂੰ ਮਾਰਨ ਦੀ ਸੋਚਦੇ ਹੋ, ਇਹਦਾ ਨਾਂ ਪਾਪ ਹੈ। ਜਦੋਂ ਮਾਰ ਦਿੰਦੇ ਹੋ ਉਦੋਂ ਅਪਰਾਧ ਬਣ ਜਾਂਦਾ ਹੈ, ਅਤੇ ਅਪਰਾਧੀ ਜੇਲ੍ਹਾਂ ਦੇ ਅੰਦਰ ਬੰਦ ਹੁੰਦੇ ਨੇ, ਕਿਉਂਕਿ ਅਪਰਾਧੀ ਤੱਕ ਹੱਥ ਘੜੀ ਜਾਂਦੀ ਹੈ, ਕਾਨੂੰਨ ਜਾਂਦਾ ਹੈ,
ਉਹਦੇ ਉੱਤੇ ਤਰਾਵਾਂ ਲੱਗਦੀਆਂ ਨੇ, ਪਾਪੀ ਦੇ ਉੱਤੇ ਕੋਈ ਤਾਰਾ ਨਹੀਂ ਲੱਗਦੀ, ਕਿਉਂਕਿ ਪਾਪ ਅੰਦਰ ਦੀ ਕਿਰਿਆ ਹੈ, ਪਾਪ ਅੰਦਰ ਦੀ ਗੱਲ ਹੈ। ਕਾਨੂੰਨ ਮੰਗਦਾ ਹੈ ਸਬੂਤ, ਅਤੇ ਅੰਦਰ ਦੀ ਗੱਲ ਦਾ ਸਬੂਤ ਨਹੀਂ ਹੁੰਦਾ। ਸਬੂਤ ਹਮੇਸ਼ਾ ਬਾਹਰਮੁਖੀ ਜੀਵਨ ਦਾ ਹੁੰਦਾ ਹੈ, ਅੰਤਰਮੁਖੀ ਜੀਵਨ ਦਾ ਸਬੂਤ ਨਹੀਂ ਹੁੰਦਾ। ਇਸੇ ਕਰਕੇ ਕਾਨੂੰਨ ਦੀ ਪਕੜ ਵਿੱਚ ਜੇਬ ਕਤਰੇ ਆਉਂਦੇ ਨੇ, ਚੋਰ ਆਉਂਦੇ ਨੇ, ਠੱਗ ਆਉਂਦੇ ਨੇ, ਬਦਮਾਸ਼ ਆਉਂਦੇ ਨੇ, ਡਾਕੂ ਧਾੜਵੀ ਆਉਂਦੇ ਨੇ ਜਾਂ ਕਾਤਲ ਆਉਂਦੇ ਨੇ, ਪਰ ਜਿਹੜੇ ਇਹ ਸਭ ਕੁਝ ਕਰਨ ਦੀ ਸੋਚਦੇ ਨੇ। ਹੁਣ ਤੁਸੀਂ ਵੇਖੋ ਅਪਰਾਧੀਆਂ ਦੀ ਗਿਣਤੀ ਅਤੇ ਪਾਪੀਆਂ ਦੀ ਗਿਣਤੀ ਅਗਰ ਬਰਾਬਰ ਵੇਖੋ ਨਾ, ਤਾਂ ਅਪਰਾਧੀਆਂ ਦੀ ਗਿਣਤੀ ਘੱਟ ਹੈ ਅਤੇ ਪਾਪੀਆਂ ਦੀ ਗਿਣਤੀ ਬਹੁਤ ਵੱਡੀ ਬਣ ਜਾਏਗੀ, ਤਾਦਾਦ ਬੜੀ ਵੱਡੀ ਬਣ ਜਾਏਗੀ। ਪਰ ਇਹ ਡਰਦੇ ਹੋਏ ਅਪਰਾਧ ਦੀ ਦੁਨੀਆ ਵੱਲ ਘੱਟ ਲੋਕ ਆਉਂਦੇ ਨੇ, ਕਿਉਂਕਿ ਕਾਨੂੰਨ ਦੀ ਪਕੜ, ਜੇਲ੍ਹ ਦਾ ਡਰ, ਕਾਨੂੰਨ ਦਾ ਡਰ, ਹੱਥਕੜੀ ਦਾ ਡਰ, ਸਾਰਾ ਡਰ। ਪਰ ਪਾਪ ਕਰਨ ਲੱਗਿਆਂ ਕਿਸੇ ਚੀਜ਼ ਦਾ ਡਰ ਹੀ ਨਹੀਂ। ਅੰਦਰ ਸੋਚਣਾ ਹੈ ਕਿਹਦੇ ਵਾਸਤੇ ਸੋਚ ਰਹੇ ਹੋ, ਮਾੜਾ ਸੋਚ ਰਹੇ ਹੋ, ਕਿਵੇਂ ਸੋਚ ਰਹੇ ਹੋ, ਉਹ ਅੰਦਰ ਦੀ ਗੱਲ ਹੈ। ਪਰ ਇੱਕ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਿਓ, ਜਦੋਂ ਤੁਸੀਂ ਹਰ ਵਕਤ ਮਾਲਾ ਬਣਾ ਕੇ ਆਪਣੇ ਅੰਦਰ ਬੁਰਾ ਸੋਚਦੇ ਹੀ ਰਹਿੰਦੇ ਹੋ, ਬੁਰਾ ਚਿਤਵਦੇ ਹੀ ਰਹਿੰਦੇ ਹੋ, ਅਤੇ ਉਹ ਬੁਰੀ ਸੋਚ ਤੁਹਾਨੂੰ ਨਾ ਦੁਖੀ ਜ਼ਰੂਰ ਕਰਦੀ ਹੈ। ਇਹ ਗੱਲ ਠੀਕ ਹੈ ਵੀ ਅਪਰਾਧ ਜਦੋਂ ਬੰਦਾ ਕਰਦਾ ਹੈ ਤਾਂ ਲੋਕ ਦੁਖੀ ਹੁੰਦੇ ਨੇ, ਪਰ ਜਦੋਂ ਤੁਸੀਂ ਅੰਦਰ ਪਾਪੀ ਬਣਦੇ ਹੋ ਨਾ, ਤਾਂ ਉਹ ਮਾੜੀਆਂ ਸੋਚਾਂ ਦੀ ਮਾਲਾ ਤੁਹਾਡੇ ਅੰਦਰ ਲਗਾਤਾਰ ਚੱਲਦੀ, ਰੈਪੀਟੇਸ਼ਨ ਲਗਾਤਾਰ ਚੱਲਦਾ ਹੈ, ਇੱਕ ਵਿਚਾਰ, ਮਾੜੀ ਵਿਚਾਰ ਨੂੰ ਲਗਾਤਾਰ ਰਿਪੀਟ ਕਰਦੇ ਹੋ, ਅਤੇ ਉਹ ਮਾੜੀ ਵਿਚਾਰ ਕਿਸੇ ਹੱਦ 'ਤੇ ਜਾ ਕੇ ਤੁਹਾਡਾ ਸਕੂਨ ਗਵਾ ਜਾ ਖਾ ਲੈਂਦੀ ਹੈ, ਗਵਾ ਦਿੰਦੀ ਹੈ, ਤੁਹਾਡਾ ਚੈਨ, ਤੁਹਾਡੀ ਸ਼ਾਂਤੀ, ਤੁਹਾਡੇ ਅੰਦਰ ਨੂੰ ਬਿਲਕੁਲ ਹਿਲਾ ਕੇ ਰੱਖ ਦਿੰਦੀ, ਚੈਨ ਸ਼ਾਂਤੀ ਨੂੰ ਖਾ ਜਾਂਦੀ। ਜਦੋਂ ਤੁਸੀਂ ਮਾੜਾ ਸੋਚਦੇ ਹੋ ਖੁਦ ਦੁਖੀ ਹੁੰਦੇ ਹੋ, ਅਤੇ ਜਦੋਂ ਤੁਸੀਂ ਮਾੜਾ ਕਰਦੇ ਹੋ ਉਦੋਂ ਲੋਕ ਦੁਖੀ ਹੁੰਦੇ ਨੇ, ਪਰਿਵਾਰ ਦੁਖੀ ਹੁੰਦਾ। ਆਪਣੀਆਂ ਸੋਚਾਂ ਨੂੰ ਬਦਲੋ, ਸੋਚ ਨੂੰ ਦਰੁਸਤ ਕਰੋਗੇ, ਅਪਰਾਧ ਹੋਏਗਾ ਹੀ ਨਹੀਂ। ਚੋਰੀ, ਯਾਰੀ, ਠੱਗੀ, ਵਿਭਚਾਰੀ, ਦੂਜੇ ਤੀਜੇ ਗੁਨਾਹ ਹੋਣਗੇ ਨਹੀਂ ਜਦੋਂ ਤੁਹਾਡੀ ਸੋਚ ਚੰਗੀ ਬਣ ਜਾਏਗੀ। ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੇ ਦੀ ਸਾਰੀ ਬੰਦੇ ਦੀ ਸੋਚ ਦੇ ਉੱਤੇ ਕੰਮ ਕਰਦੀ ਹੈ। ਪਰ ਅਸੀਂ ਕੀ ਕਰ ਲਿਆ, ਅਸੀਂ ਬਾਹਰ ਨੂੰ ਬਦਲਣ ਦੇ ਉੱਤੇ ਜ਼ੋਰ ਦਿੱਤਾ ਹੈ। ਅਸੀਂ ਕੱਪੜੇ ਬਦਲ ਲੈਂਦੇ ਹਾਂ, ਪੱਗ ਦਾ ਰੰਗ ਬਦਲ ਲੈਂਦੇ ਹਾਂ, ਦਾੜੀ ਖੁੱਲ੍ਹੀ ਕਰ ਲਈ, ਕਿਰਪਾਨ ਵੱਡੀ ਪਾ ਲਈ, ਇਹਦੇ ਉੱਤੇ ਜ਼ੋਰ ਦਿੰਦੇ ਹਾਂ ਜੀ ਵੇਖੋ ਮੈਂ ਬਾਹਰੋਂ ਹਾਂ, ਪੇਸ਼ ਹੁੰਦਾ ਮੈਂ ਸਿੱਖ ਬਣ ਗਿਆ। ਪਰ ਸਿੱਖ ਤਾਂ ਹੀ ਬਣੇਗਾ ਜੇ ਤੇਰੀ ਅੰਦਰੋਂ ਸੋਚ ਬਦਲੇਗੀ। ਸਿੱਖੀ ਸਿੱਖਿਆ ਗੁਰ ਵਿਚਾਰ, ਸੋਚ ਨੂੰ ਬਦਲੋ, ਬਦਲੇਗੀ ਤਾਂ ਜੇ ਗੁਰਬਾਣੀ ਨੂੰ ਖੁਦ ਵਿਚਾਰੋਗੇ, ਪੜ੍ਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।